ਗੁਰਦੀਪ ਸਿੰਘ, ਗਾਮ ਢੇੜੀ ਜੱਟਾਂ ਕਾ ਨਿਵਾਸੀ ਰਹਿਣੇ ਵਾਲਾ ਹੂੰ। ਔਰ ਇਹ ਮਤਲਬ ਬੇਮੌਸਮੀ ਬਰਸਾਤ ਕੇ ਕਾਰਨ ਹਮਾਰੀ ਸਾਰੀ ਤਕਰੀਬਨ 100% ਹੀ ਨੁਕਸਾਨ ਹੈ ਫਸਲ ਕਾ, ਕੋਈ ਫਾਇਦਾ ਨਹੀਂ ਹੋ ਰਿਹਾ। ਮਤਲਬ ਇਹ ਬੇਮੌਸਮੀ ਹੈ, ਨਾ ਸਰਕਾਰ ਕੁਛ ਦੇ, ਸਰਸੋਂ ਹੈ, ਸਰਸੋਂ ਰੁੜ ਰਹੀ ਹਮਾਰੀ ਮੰਡੀਆਂ ਵਾਂ, ਸਰਕਾਰ ਕਾ 450 ਰੁਪਏ ਰੇਟ ਹੈ, ਹਮਾਰੀ ਸਾਰੀ ਉਹ 4600, 4500, 4400 ਰੁਪਏ ਵੀ ਵਿਕ ਰਹੀ ਹੈ। ਇਹ ਵੀ ਉਹ ਮੂੰਗੀ ਬੋਈ ਤੀ, ਇਸਕੇ ਵਿੱਚ ਮਾਂ ਮੂੰਗੀ ਕਾ ਬੁਰਾ ਹਾਲ ਆਈ, ਉਹ ਮਤਲਬ 100% ਖਤਮ ਹੀ ਹੋ ਜਾਏਗੀ, ਕੋਈ ਫਾਇਦਾ ਨਹੀਂ ਹੋ ਰਿਹਾ। ਮਤਲਬ ਕਿਸਾਨ ਕੀ ਕੋਈ ਮਦਦ ਨਹੀਂ ਕਰ ਰਿਹਾ, ਨਾ ਸਰਕਾਰ ਮਦਦ ਕਰ ਰਹੀ, ਨਾ ਰੱਬ ਮਦਦ ਕਰ ਰਿਹਾ। ਗੇਹੂੰ ਕੀ ਫਸਲ ਕਿੰਨੇ ਦਿਨ ਮੇ ਕੱਟਣੇ ਵਾਲੀ? ਗੇਹੂੰ ਕੀ ਫਸਲ ਬਸ ਇਹੀ ਮਤਲਬ 5-4 ਅਪ੍ਰੈਲ ਤੱਕ ਆ ਜਾਤੀ ਬਸ, ਇਸੇ ਮਤਲਬ ਜ਼ਿਆਦਾ ਟਾਈਮ 10-15 ਦਿਨ ਕਾ ਹੀ ਟਾਈਮ ਰਹਿ ਗਿਆ ਤਾਂ ਬਸ ਇਹ ਮਤਲਬ ਕੱਟ ਜਾਤੀ ਅਬ ਪੂਰੀ, ਮਤਲਬ ਪੱਕੀ ਵੀ ਦਿਆ ਬਈ ਇਹ, ਅਬ ਦਾਣਾ ਖਤਮ ਹੋ ਜਾਏਗਾ ਬਸ, ਇਸਕਾ ਕੋਈ ਫਾਇਦਾ ਨਹੀਂ ਹੋਗਾ। ਫਸਲ ਨੁਕਸਾਨ ਹੋਗਾ? ਮੇਰੀ ਕਮ ਸੇ ਕਮ 15 ਏਕੜ ਫਸਲ ਮਤਲਬ ਨੁਕਸਾਨ ਹੋ ਗਈ। ਕਟਾਈ ਗੇਹੂੰ ਕੀ ਕਟਾਈ ਮੇ ਗੇਹੂੰ ਨੀਚੇ ਹੀ ਰਹਿ ਜਾਏਗੀ, ਮਸ਼ੀਨ ਠਾਏਗੀ ਨਹੀਂ ਸੇ, ਲੇਬਰ ਵੱਢਦੀ ਨਹੀਂ ਹੈ, ਲੇਬਰ ਕੋ ਸਰਕਾਰ ਫਰੀ ਦੇ ਰਹੀ ਹੈ ਕਣਕ, ਉਹ ਵੱਢਣਾ ਨਹੀਂ ਚਾਹੁੰਦੀ ਹੈ। ਮਤਲਬ ਇਹ ਨਾ ਕਟਾਈ ਹੋਏਗੀ, ਇਸ ਕਿਸਮ ਮਾਰਗ ਅੱਧੀ ਮਿੱਟੀ ਰਲੇਗੀ ਇਸ ਮੈਂ ਅੱਧੀ, ਮਤਲਬ ਤਕਰੀਬਨ ਨੁਕਸਾਨ ਹੀ ਹੈ ਜੀ 100% ਬਸ। ਅਬ ਤੋਂ ਨਹੀਂ ਹੋਇਆ, ਜੋ ਇਕੱਠਾ ਹੋ ਜਾਏਗਾ ਉਹੀ ਆਪਣਾ। ਸਰਕਾਰ ਸੇ ਕੋਈ ਮੁਆਵਜ਼ੇ ਕੀ ਮੰਗ? ਸਰਕਾਰ ਮੁਆਵਜ਼ਾ ਦਿੰਦਾ ਹੀ ਨਹੀਂ ਹੈ, ਮੁਆਵਜ਼ੇ ਕਿਆ ਮੰਗ ਹੈ ਸਰਕਾਰ ਤੇ, ਕੋਈ ਆਸ ਨਹੀਂ ਹੈ ਮਾਨੂੰ, ਸਰਕਾਰ ਕਾ ਬੁਰਾ ਹਾਲ ਹੈ, 0% ਸਰਕਾਰ ਕਹਿੰਦੇ ਰਿਸਪੌਂਸ ਹੈ ਮਾਨੂੰ। ਹਾਂਜੀ, ਉਪਿੰਦਰ ਸਿੰਘ, ਹਮ ਕਿਸਾਨ ਹਾਂ ਜੀ, ਬਹੁਤ ਮਾਰ ਪੜ ਗਈ ਜੀ, ਕਿਆ ਕਰਾਂ ਜੀ, ਸਾਰੀ ਮੂੰਹ ਆਈ ਹੋਈ ਫਸਲ ਖੋਈ ਗਈ। ਇਹ ਵੀ ਇਸਕਾ ਜੀ, ਹਮ ਤੋ ਇਹ ਕਹਾਂ ਵੀ ਸਰਕਾਰ ਕੋ ਫੰਦ ਫੰਦ ਕਾ ਬੇਨਤੀ ਹੈ ਵੀ ਮਾਨੂੰ ਮੌਜਾ ਮਿਲਣਾ ਚਾਹੀਏ ਇਸਕਾ ਜੀ। ਹਾਂਜੀ, ਬਹੁਤ ਧੰਨਵਾਦ ਸਰਕਾਰ। ਕਿਤਨੀ ਨਿਕਲਤੀ ਥੀ ਔਰ ਅਬ ਕਿਤਨੀ ਨਿਕਲੇਗੀ? 25-25 ਲਿਗੜਾ ਦੇ ਜੀ, ਇਹ ਜਮੀ ਰਹਿ ਗਈ ਜੀ, 10 ਪਰ ਰਹਿ ਗਿਆ, ਕੋਈ 5 ਪਰ ਰਹਿ ਜਾਏ, ਇਹ ਵੀ ਪਾਣੀ ਆ ਰਿਹਾ ਜੀ, ਹੋਰ ਵਿਛ ਗਈ ਜੀ, ਇਹ ਵੀ ਉਹ ਜਮੀ ਗਲ ਜਾਏਗੀ ਜੀ। ਐਸਾ ਹੋਇਆ, ਨੁਕਸਾਨ ਹੋ ਰਿਹਾ ਆਪਕੋ? 4 ਸਾਲ ਹੋ ਗਏ ਜੀ, 4 ਫਸਲਾਂ ਹੋ ਗਈ ਜੀ, 4 ਫਸਲਾਂ ਮੈਂ ਦੇਖ ਲਓ, 2 ਸਾਲ ਮੈਂ ਬਿਲਕੁਲ ਖਤਮ ਹੋ ਗਏ ਜੀ। ਕੋਈ ਸਰਕਾਰ ਦੀ ਤਰਫੋਂ ਮੁਆਵਜ਼ਾ? ਕੋਈ ਨਹੀਂ ਮਿਲਿਆ ਜੀ, ਕੋਈ ਮੁਆਵਜ਼ਾ ਨਹੀਂ ਮਿਲਿਆ ਜੀ। ਬੀਮਾ ਵਗੈਰਾ ਜੋ ਚੱਲ? ਕੋਈ ਬੀਮਾ ਨਹੀਂ ਜੀ, ਕੁਛ ਹੈ ਨਹੀਂ ਤਾਂ ਜੀ, ਕੁਛ ਜੋ ਨੇ ਕਹਾਂ ਦੇ ਵੀ ਚਲੋ ਦੇਂਗੇ ਤੁਹਾਨੂੰ ਕੁਛ ਦੇਂਗੇ, ਉਸਮਾਂ ਵੀ ਨਹੀਂ ਮਿਲਿਆ ਜੀ। ਐਸਾ ਜੀ, ਅਬ ਮੰਗ ਕਰਤੇ ਹੋ ਸਰਕਾਰ ਸੇ? ਹਾਂਜੀ, ਤੋ ਮੰਗ ਕਰੇਂਗੇ ਜੀ, ਇਹ ਕਿਆ ਕਰੇਗਾ ਜ਼ਿਮੀਂਦਾਰਾ, ਤੋ ਮਰ ਗਿਆ ਜੀ, ਜ਼ਮੀਨ ਖਤਮ ਹੋ ਗਿਆ। ਹਾਂਜੀ, ਕਿਆ ਨਾਮ? ਮੈਂ ਨਰਿੰਦਰ ਕੁਮਾਰ, ਗਾਮ ਜਲਵੇੜਾ ਸੇ ਬੋਲ ਰਹਾ ਹੂੰ। ਯਹਾਂ ਪਰ ਭਾਰੀ ਵਰਸ਼ਾ ਔਰ ਤੂਫਾਨ ਆਣੇ ਕੇ ਕਾਰਨ ਸਭ ਫਸਲ ਤਬਾਹ ਹੋ ਗਈ ਹੈ ਔਰ ਪਾਣੀ ਵੀ ਖੜਾ ਹੈ, ਔਰ ਇਹ 20 ਦਿਨ ਕੀ ਬਾਤ ਰਹਿ ਗਈ ਸੀ ਬਿਲਕੁਲ, ਤੋ ਅਬ ਕਹਿਣਾ ਸਾਰੀ ਫਸਲ ਕੋ ਨੁਕਸਾਨ ਹੋ ਗਿਆ ਹੈ, ਤੋ ਇਸਮੇ ਗੌਰਮੈਂਟ ਕੋ ਹਮਾਰੇ ਕੋ ਕੁਛ ਮੁਆਵਜ਼ਾ ਦੇਣਾ ਚਾਹੀਏ, ਨਹੀਂ ਤੋ ਹਮ ਲੋਕ 4 ਫਸਲਾਂ ਹੋ ਗਈ ਜੋ ਨੁਕਸਾਨ ਮੇਂ ਜਾ ਰਹੀ ਹੈ। ਪਹਿਲੇ ਗੌਰਮੈਂਟ ਨੇ ਕੋਈ ਮੁਆਵਜ਼ਾ ਵਗੈਰਾ ਦਿੱਤਾ? ਕੋਈ ਗੌਰਮੈਂਟ ਨੇ ਮੁਆਵਜ਼ਾ ਨਹੀਂ ਦਿੱਤਾ। ਕਿਆ ਨੁਕਸਾਨ ਹੋਇਆ ਇਸ ਬਾਰਿਸ਼ ਸੇ, ਕਿਆ ਹੋਇਆ ਦਾਣੇ ਮੇਂ, ਕਿਆ ਆਏਗਾ? ਇਹ ਦਾਣਾ ਬਿਲਕੁਲ ਪਤਲਾ ਪੜੇਗਾ, ਪਿਛਲੇ ਜਿਸ ਤਰ੍ਹਾਂ ਪਿਛਲੇ ਸਾਲ ਪੜਾ ਹੈ ਨਾ, ਵਹੀ ਬਰੀਕ ਬਰੀਕ ਬੀਜ ਪੜੇਗਾ। ਕਟਾਈ ਮੇਂ ਕੋਈ? ਕਟਾਈ ਮੇਂ ਤਾਂ ਮਿੱਟੀ ਨੀਚੇ ਸੇ ਮਿੱਟੀ ਆਏਗੀ, ਸਭ ਫਸਲ ਪਹਿਲੇ ਕਿਤਨੀ ਉਮੀਦ ਸੀ, ਅਬ ਕਿਤਨੀ ਕਣਕ ਨਿਕਲੇਗੀ ਔਰ ਅਬ ਕਿਤਨੀ ਰਹਿ ਗਈ ਹੋਗੀ? ਇਹ ਤਾਂ 20-21 ਕੁਇੰਟਲ ਕੀ ਉਮੀਦ ਸੀ ਪਹਿਲੇ ਤੋਂ, ਅਬ ਤਾਂ ਇਹ ਕਹਿਣਾ 8-10 ਕੁਇੰਟਲ ਪਰ ਪਹੁੰਚੇਗੀ। ਅਗਰ ਅੰਬਾਲਾ ਕੀ ਬਾਤ, ਕਿਤਨੇ ਏਕੜ ਫਸਲ ਹੋਈ ਹੋਗੀ ਨੁਕਸਾਨ ਹੋਗੀ? ਇਹ ਤੁਹਾਨੂੰ ਦੇਖ ਲਓ ਵੀ 90% ਤੋਂ ਖਰਾਬ ਹੋ ਗਈ।